ਮੈਂ ਪ੍ਰੋਫੈਸਰ ਡਾਕਟਰ ਮੁਹੰਮਦ ਇਕਬਾਲਵਾ ਜੀ ਤੇ ਪਾਕਿਸਤਾਨ ਤੋਂ ਮੇਰਾ تعلق ਹੈ ਮੈਂ ਗਵਰਨਮੈਂਟ ਕਾਲਜ ਲਾਹੌਰ ਜਿਹੜੀ ਹੁਣ ਪੰਜਾਬ ਯੂਨੀਵਰਸਿਟੀ ਕਹਿੰਦੀ ਹੈ ਇਹ ਦਾਰਾ ਐਸਾ ਏਦਾਰਾ ਜਿਹੜਾ ਇਸ ਖਿੱਤੇ ਦੇ ਵਿੱਚ ਅੰਗਰੇਜ਼ਾਂ ਨੇ ਪਹਿਲੀ ਦਫਾ ਬਣਾਇਆ ਔਰ ਇਹ 1864 ਵਿੱਚ ਬਣਿਆ ਉਸ ਤੋਂ ਬਾਅਦ ਫਿਰ ਪੰਜਾਬ ਯੂਨੀਵਰਸਿਟੀ ਇਹਦੇ ਵਿੱਚੋਂ ਬਣੀ ਮੈਂ ਉਹਦੇ ਸ਼ੁਬਾ ਫਾਰਸੀ ਦਾ ਉਸਤਾਦ ਰਿਆਂ ਮੈਂ ਸ਼ੁਬਾ ਫਾਰਸੀ ਦਾ ਚੇਅਰਮੈਨ ਰਿਆਂ ਮੈਂ ਲੈਂਗੁਏਜਸ ਆ ਡੀਨ ਵੀ ਲਿਆ ਪੰਜਾਬੀ ਸਾਡੀ ਮਾਂ ਬੋਲੀ ਏ ਅਸੀਂ ਇਹਦੇ ਨਾਲ ਮੁਹੱਬਤ ਕਰਦੇ ਆਂ ਔਰ ਮੈਂ ਇਹਦੇ ਵਿੱਚ ਨਜ਼ਮ ਵੀ ਕਹਿਣਾ ਏ ਔਰ ਚੰਦ ਮਜ਼ਮੂਨ ਵੀ ਲਿਖੇ ਨੇ ਮੈਂ ਪੰਜਾਬੀ ਮਾਈਆ ਜਿਹੜਾ ਇੱਕ ਬੜੀ ਅੱਛੀ ਸਿਨਫੇ ਪੰਜਾਬ ਦੀ ਜਿਸਮ ਵਾਲਾ ਨਾਲ ਮੂੰ ਕਜਿਆ ਉਮਰ ਵੀ ਆ ਗਈ ਏ ਅੱਗੇ ਅੱਗੇ ਜ਼ੁਲਮਾ ਤੋਂ ਨਹੀਂ ਰਚਿਆ ਇਸ ਤਰ੍ਹਾਂ ਪੰਜਾਬੀ ਦੇ ਦੇ ਜਿਹੜੇ ਫਾਰਸੀ ਮਾਈਏ ਨੇ ਉਨਾ ਜੁਤੇ ਮੈਂ ਕੰਮ ਕੀਤਾ ਤੇ ਕਈ ਹੋਰ ਮਜ਼ਮੂਨ ਵਿੱਚ ਲਿਖੇ ਨੇ ਮੈਂ ਅਦਰ ਸੁਲਤਾਨ ਬਾਹੂ ਜਿੱਦੇ ਜਿਹੜੇ ਅਬਿਆਤ ਨੇ ਪੰਜਾਬੀ ਦੇ ਵਿੱਚ ਅਲਫ ਪਲਾ ਚੰਬੇ ਦੀ ਬੂਟੀ ਮੇਰੇ ਮੁਰਸ਼ਦ ਮਨ ਵਿੱਚ ਲਾਈ ਹੂ ਨਫੀਸ ਬਾਦ ਦਾ ਪਾਣੀ ਮਿਲਿਓ ਸ ਹਰ ਰੱਗੇ ਹਰ ਜਾਈ ਹੂ ਅੰਦਰ ਬੂਟੀ ਮਸ਼ਕ ਮਚਾਇਆ ਜਾਨ ਫੁੱਲਣ ਵਿੱਚ ਆਈ ਹੂ ਜੀਵੇ ਸੁਣਾ ਮੁਰਸ਼ਦ ਬਾਹੂ ਜੈ ਇਹ ਬੂਟੀ ਲਾਈ ਲਾਈ ਹੂ ਤੇ ਅਸੀਂ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਪੰਜਾਬੀ ਦੇ ਵਿੱਚ ਲਿਖਣ ਵਾਲਿਆਂ ਮੇਰੇ 100 ਤੋਂ ਜ਼ਿਆਦਾ ਮਕਾਲੇ ਛਪ ਛੱਪੇ ਨੇ ਮੈਂ ਅੱਜਕੱਲ ਆਪਣੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਅਮੈਟਰਸ ਹੋ ਗਿਆ ਜਿਹਨੂੰ ਪ੍ਰੋਫੈਸਰ ਤਹਾਯਾਤ ਕਹਿੰਦੇ ਨੇ ਸੁਖੀ ਰਹੋ ਤੇ ਮੇਰਾ ਸਭ ਨੂੰ ਪਿਆਰ ਭਰਾ ਸਲਾਮ ਮੈਂ ਇਕਬਾਲ ਸ਼ਾਹਦ ਕੰਮ ਇੱਕ ਪੰਜਾਬੀ ਦੇ ਨਜ਼ਮ ਸੁਣਾਣਾ ਬੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਦਿਲ ਦਾ ਬੂਆ ਕੋਲ ਪੰਜਾਬੀ ਖੁਸ਼ਬੂਆਂ ਨਾਲ ਰੂਆਂ ਮਹਿਕਨ ਖੁਸ਼ਬੂਆਂ ਨਾਲ ਰੂਆਂ ਮਹਿਕਨ ਪਿਆਰ ਦੇ ਮਿੱਠੜੇ ਬੋਲ ਪੰਜਾਬੀ ਮਾਂ ਬੋਲੀ ਵੀ ਮਾਂ ਹੁੰਦੀ ਏ ਮਾਂ ਬੋਲੀ ਵੀ ਮਾਂ ਹੁੰਦੀ ਏ ਬੈਸਾਂ ਵਿੱਚ ਨਾ ਰੋਲ ਪੰਜਾਬੀ ਮਾਂ ਵਰਗੀਆਂ ਬੋਲੀਆਂ ਸਭੇ ਮਾਂ ਵਰਗੀਆਂ ਬੋਲੀਆਂ ਸਭੇ ਸਭ ਦੇ ਮਿੱਠੜੇ ਬੋਲ ਪੰਜਾਬੀ ਉਰਦੂ ਪਾਕਿਸਤਾਨ ਦੀ ਬੋਲੀ ਕੰਨਾ ਵਿੱਚ ਰਸਪੋਲ ਪੰਜਾਬੀ ਫਾਰਸੀ ਅਰਬੀ ਅੰਗਰੇਜ਼ੀ ਨਾਲ ਮਾਂ ਦੀ ਬੋਲੀ ਬੋਲ ਪੰਜਾਬੀ ਜਿਹੜਾ ਮਾਂ ਦਾ ਮਾਣ ਵਧਾਵੇ ਜਿਹੜਾ ਮਾਂ ਦਾ ਮਾਣ ਵਧਾਵੇ ਸੋਨੇ ਦੇ ਸੰਗਤੋਲ ਪੰਜਾਬੀ ਸ਼ਾਹਿਦ ਹੂੰ ਕੋ ਸ਼ਾਹਿਦ ਉਹਕੋ ਆਖੋ ਚੁਪਨਾ ਥੀਵੇ ਉਹਕੋ ਆਖੋ ਚੁਪਨਾ ਥੀਵੇ ਸ਼ਾਹਿਦ ਹੁੰਦੇ ਕੋਲ ਪੰਜਾਬੀ ਉਹਕੋ ਆਖੋ ਚੁਪਨਾ ਥੀਵੇ ਸ਼ਾਹਿਦ ਹੁੰਦੇ ਕੋਲ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਸਰ